ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਮੁਲਾਕਾਤ ਕਰਾ ਰਹੇ ਹਾਂ ਰਾਜ ਗਰੇਵਾਲ ਨਾਲ, ਜਿਹੜੇ ਕਿ ਅੱਜ ਸਾਡੇ ਗਾਲਾ ਨਾਈਟ 'ਤੇ ਜਿਹੜੇ ਆ ਰਹੇ ਹੈ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਆਓ ਆਪਣਾ ਪੰਜਾਬ ਟੀ ਵੀ ਦੇ ਵਿੱਚ ਉਹਨਾਂ ਨਾਲ ਗੱਲ ਕਰੀਏ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਇਸ ਟੀਮ ਨੂੰ ਬਹੁਤ ਬਹੁਤ ਵਧਾਈਆਂ ਸਿੱਖ ਸ਼ੈਨੀ ਹੋ ਗਾਲਾ ਨਾਈਟ 'ਤੇ। ਹਰੇਕ ਸਾਲ ਇਹਨਾਂ ਦਾ ਫੈਸਟੀਵਲ ਵੱਧ ਰਿਹਾ, ਦੈਨ ਇਟਸ ਬੈਟਰ। ਐਂਡ ਕੱਲ੍ਹ ਬਲੈਕ ਪ੍ਰਿੰਸ ਮੂਵੀ ਪ੍ਰੀਮੀਅਰ ਹੋਈ ਹੈ ਸਤਿੰਦਰ ਸਰਤਾਜ ਵੀ ਜੀ ਨਾਲ। ਆਈ ਹਰਡ ਇਟ ਵਾਸ ਅ ਗ੍ਰੇਟ ਮੂਵੀ, ਸੋ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ। ਭਾਈ, ਜਿਸ ਤਰ੍ਹਾਂ ਇਹ ਜਿਹੜੀ ਮੂਵੀ ਆ ਬਹੁਤ ਸੋਹਣੀ ਆ, ਕੱਲ੍ਹ ਅਸੀਂ ਪ੍ਰੀਮੀਅਰ ਦੇਖਿਆ ਉਹਨਾਂ ਦਾ, ਜਿੱਦਾਂ ਉਹਨਾਂ ਨੇ ਮੂਵੀ ਬਣਾਈ ਆ ਅਰਵਿੰਦਰ ਗਿੱਲ ਸਾਹਿਬ ਨੇ, ਅਤੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਜਿਹੜੀ ਕਿ ਇੱਕ ਮੂਵੀ ਆਪਣੇ ਆਪ 'ਚ ਦੇਖਣ ਦੀ? ਸਭ ਤੋਂ ਪਹਿਲਾਂ ਇਟਸ ਸੋ ਇੰਪੋਰਟੈਂਟ ਦੈਟ ਆਪਣੀ ਕਲਚਰ ਦੀ, ਆਪਣੀ ਸਟੋਰੀ ਪੰਜਾਬੀਆਂ ਦੀ ਐਂਡ ਕੈਨੇਡੀਅਨ ਕਾਂਡ ਦੀ ਦੱਸਣੀ ਚਾਹੀਦੀ ਆ। ਇਹ ਸਾਡੇ ਖਾਸ ਕਰਕੇ ਸਾਡੀ ਫਿਊਚਰ ਜਨਰੇਸ਼ਨ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਆ। ਸੋ ਮੈਂ ਹਮੇਸ਼ਾ ਹੀ ਮੈਂ ਕਹਿੰਦਾ ਮਾਂ ਪਿਓ ਨੂੰ, ਲਾਈਕ ਆਪਾਂ ਹਮੇਸ਼ਾ ਜਵਾਕਾਂ ਨੂੰ ਕਹਿੰਦੇ ਡਾਕਟਰ ਬਣੋ, ਲੋਇਰ ਬਣੋ, ਪੋਲੀਟੀਸ਼ੀਅਨ ਬਣੋ, ਹਾਂ, ਬਟ ਆਪਣੇ ਬੱਚੇ ਜਿਹੜੇ ਐਕਟਿੰਗ ਦੇ ਵਿੱਚ ਹੈਗੇ ਆ, ਡਾਂਸ ਦੇ ਵਿੱਚ ਹੈਗੇ ਆ, ਜਿਹਨਾਂ ਕੋਲ ਹੈਗਾ ਨੈਚੁਰਲ ਟੈਲੈਂਟ, ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਸਪੋਰਟ ਕਰਿਆ ਕਰੋ, ਬਿਕੋਜ਼ ਤਾਂ ਕਰਕੇ ਹੀ ਸਾਡਾ ਕਲਚਰ ਗਾਹਾਂ ਜਨਰੇਸ਼ਨ ਨੂੰ ਮਿਲਣਗਾ। ਇਫ ਵੀ ਹੈਵ ਦਾ ਪ੍ਰੋਪਰ ਟੈਲੈਂਟ ਟੂ ਟੈਲ ਦੋ ਸਟੋਰੀਜ਼। ਹਾਂ, ਜਿਸ ਤਰ੍ਹਾਂ ਤੁਸੀਂ ਇੱਥੇ ਦੇ MP ਵੀ, ਸੋ ਤੁਸੀਂ ਆਪਣਾ ਜਿਹੜੇ ਕਿ ਇੱਥੇ ਦੇ ਜਿਹੜੇ ਪਬਲਿਕ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੀ ਕਿ ਮੂਵੀ ਇੰਨੇ ਬਜਟ ਨਾਲ ਬਣ ਰਹੀ ਆ, ਵਧੀਆ ਬਣ ਰਹੀ ਆ, ਇਹ ਜਾ ਕੇ ਥੀਏਟਰ 'ਚ ਜ਼ਰੂਰ ਦੇਖਣਾ ਚਾਹੀਦਾ ਮੇਰੇ ਹਿਸਾਬ ਨਾਲ? ਸਾਰੇ ਬੇਨਤੀ ਕਰਦਾ ਬਲੈਕ ਪ੍ਰਿੰਸ ਨੂੰ ਜ਼ਰੂਰ ਦੇਖੇ ਆਓ। ਇਟਸ ਅ ਸਟੋਰੀ ਦੈਟ ਆਲ ਕੈਨੇਡੀਅਨਸ ਐਂਡ ਆਲ ਸਿੱਖ ਸ਼ੁਡ ਡੈਫੀਨਿਟਲੀ ਅੰਡਰਸਟੈਂਡ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਓਕੇ, ਥੈਂਕ ਯੂ।